ਤੂੜੀ ਨਾਲ ਭਰੀ ਟਰਾਲੀ ਸੜਕ ਤੇ ਪਲਟ ਗਈ। ਟਰੈਕਟਰ ਟਰਾਲੀ ਦੇ ਵਿਚਕਾਰ ਫਸਣ ਦੇ ਕਾਰਨ ਟਰੈਕਟਰ ਚਾਲਕ ਦੀ ਮੌਤ ਹੋ ਗਈ ਤੇ ਨਾਲ ਬੈਠਾ ਸਹਾਇਕ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਤਸਵੀਰਾਂ ਕਾਫੀ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਇਹ ਟਰਾਲੀ ਪੂਰੀ ਤਰ੍ਹਾਂ ਓਵਰਲੋਡਡ ਸੀ ਤੇ ਟਰਾਲੀ ਦੀ ਹੁੱਕ ਟੁੱਟਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਗੜਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਪਦਰਾਣਾ ਨਜ਼ਦੀਕ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਜ਼ਿਲ੍ਹੇ ਦੇ ਪਿੰਡ ਖਿੜਕੀ ਵਾਲਾ ਤੋਂ ਤੂੜੀ ਨਾਲ ਭਰੀ ਇੱਕ ਓਵਰਲੋਡਡ ਟਰੈਕਟਰ ਟਰਾਲੀ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿਲ ਨੂੰ ਆ ਰਹੀ ਸੀ ਕਿ ਰਸਤੇ 'ਚ ਹੀ ਟਰਾਲੀ ਦੀ ਹੁੱਕ ਟੁੱਟ ਗਈ ਤੇ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਦੇ ਰੂਪ ਵਜੋਂ ਹੋਈ ਹੈ, ਜਦਕਿ ਗੰਭੀਰ ਰੂਪ 'ਚ ਜ਼ਖਮੀ ਗੁਰਸੇਵਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਤੂੜੀ ਦੀ ਟਰਾਲੀ ਲੈ ਕੇ ਮੁਕਤਸਰ ਸਾਹਿਬ ਪਿੰਡ ਖਿੜਕੀਆਂ ਵਾਲਾ ਤੋਂ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਮੰਦਰ ਸਿੰਘ ਇਹ ਸੈਲਾ ਮਿਲ ਦੇ ਵਿੱਚ ਤੂੜੀ ਦੀ ਟਰਾਲੀ ਸਿੱਟਣ ਆ ਰਹੇ ਸੀਗੇ। ਜ਼ਿਲ੍ਹੇ ਸਤਨੌਰ ਅੱਡਾ ਕ੍ਰੋਸ ਕੀਤੀ ਹੈ, ਟਰਾਲੀ ਦੀ ਹੁੱਕ ਟੁੱਟ ਗਈ। ਹੁੱਕ ਟੁੱਟਣ ਕਰਕੇ ਬੈਲੈਂਸ ਵਿਗੜ ਗਿਆ। ਬੈਲੈਂਸ ਵਿਗੜ ਕਰਕੇ ਉਹ ਟਰਾਲੀ ਦੂਜੇ ਪਾਸੇ ਨੂੰ ਟਰੈਕਟਰ ਨੂੰ ਖਿੱਚ ਕੇ ਲੈ ਗਏ, ਜਿਹੜਾ ਮਤਲਬ ਟਰਾਲੀ ਥੱਲੇ ਡਿੱਗਣ ਕਰਕੇ ਟਰੈਕਟਰ ਨਾਲੇ ਉਹ ਪਲਟ ਕੇ ਉਹ ਵਿੱਚ ਘੁੱਟ ਹੋ ਗਿਆ ਆਪਣੇ ਗੁਰਪ੍ਰੀਤ ਸਿੰਘ, ਜਿਹਦੀ ਉੱਥੇ ਮੌਕੇ 'ਤੇ ਮੌਤ ਹੋ ਗਈ। ਅਤੇ ਗੁਰਸੇਵਕ ਦੇ ਕਾਫੀ ਸੱਟ ਸੀ, ਉਹ ਡਾਕਟਰ ਸਾਹਿਬ ਨੇ ਇੱਥੋਂ ਰੈਫਰ ਕਰ ਦਿੱਤਾ ਹੈ ਜੀ। ਇਹਨਾਂ ਦੀ ਸਰ ਗੁਰਪ੍ਰੀਤ ਸਿੰਘ ਦੀ 174 CRPC ਤਹਿਤ ਕਾਰਵਾਈ ਕੀਤੀ ਗਈ ਹੈ। ਉਹਦੇ 'ਚ ਮਤਲਬ ਇਹ ਸਾਹਿਬ ਨੇ ਹਾਦਸਾ ਹੋਇਆ, ਹੋਰ ਕੋਈ ਕਿਸੇ ਨਾਲ ਬੱਜਿਆ ਨਹੀਂ ਹੈ। ਤੂੜੀ ਨਾਲ ਭਰੀ ਟਰਾਲੀ ਸੜਕ ਤੇ ਪਲਟ ਗਈ। ਟਰੈਕਟਰ ਟਰਾਲੀ ਦੇ ਵਿਚਕਾਰ ਫਸਣ ਦੇ ਕਾਰਨ ਟਰੈਕਟਰ ਚਾਲਕ ਦੀ ਮੌਤ ਹੋ ਗਈ ਤੇ ਨਾਲ ਬੈਠਾ ਸਹਾਇਕ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਤਸਵੀਰਾਂ ਕਾਫੀ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਇਹ ਟਰਾਲੀ ਪੂਰੀ ਤਰ੍ਹਾਂ ਓਵਰਲੋਡਡ ਸੀ ਤੇ ਟਰਾਲੀ ਦੀ ਹੁੱਕ ਟੁੱਟਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਗੜਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਪਦਰਾਣਾ ਨਜ਼ਦੀਕ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਜ਼ਿਲ੍ਹੇ ਦੇ ਪਿੰਡ ਖਿੜਕੀ ਵਾਲਾ ਤੋਂ ਤੂੜੀ ਨਾਲ ਭਰੀ ਇੱਕ ਓਵਰਲੋਡਡ ਟਰੈਕਟਰ ਟਰਾਲੀ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿਲ ਨੂੰ ਆ ਰਹੀ ਸੀ ਕਿ ਰਸਤੇ 'ਚ ਹੀ ਟਰਾਲੀ ਦੀ ਹੁੱਕ ਟੁੱਟ ਗਈ ਤੇ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਦੇ ਰੂਪ ਵਜੋਂ ਹੋਈ ਹੈ, ਜਦਕਿ ਗੰਭੀਰ ਰੂਪ 'ਚ ਜ਼ਖਮੀ ਗੁਰਸੇਵਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਤੂੜੀ ਦੀ ਟਰਾਲੀ ਲੈ ਕੇ ਮੁਕਤਸਰ ਸਾਹਿਬ ਪਿੰਡ ਖਿੜਕੀਆਂ ਵਾਲਾ ਤੋਂ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਮੰਦਰ ਸਿੰਘ ਇਹ ਸੈਲਾ ਮਿਲ ਦੇ ਵਿੱਚ ਤੂੜੀ ਦੀ ਟਰਾਲੀ ਸਿੱਟਣ ਆ ਰਹੇ ਸੀਗੇ। ਜ਼ਿਲ੍ਹੇ ਸਤਨੌਰ ਅੱਡਾ ਕ੍ਰੋਸ ਕੀਤੀ ਹੈ, ਟਰਾਲੀ ਦੀ ਹੁੱਕ ਟੁੱਟ ਗਈ। ਹੁੱਕ ਟੁੱਟਣ ਕਰਕੇ ਬੈਲੈਂਸ ਵਿਗੜ ਗਿਆ। ਬੈਲੈਂਸ ਵਿਗੜ ਕਰਕੇ ਉਹ ਟਰਾਲੀ ਦੂਜੇ ਪਾਸੇ ਨੂੰ ਟਰੈਕਟਰ ਨੂੰ ਖਿੱਚ ਕੇ ਲੈ ਗਏ, ਜਿਹੜਾ ਮਤਲਬ ਟਰਾਲੀ ਥੱਲੇ ਡਿੱਗਣ ਕਰਕੇ ਟਰੈਕਟਰ ਨਾਲੇ ਉਹ ਪਲਟ ਕੇ ਉਹ ਵਿੱਚ ਘੁੱਟ ਹੋ ਗਿਆ ਆਪਣੇ ਗੁਰਪ੍ਰੀਤ ਸਿੰਘ, ਜਿਹਦੀ ਉੱਥੇ ਮੌਕੇ 'ਤੇ ਮੌਤ ਹੋ ਗਈ। ਅਤੇ ਗੁਰਸੇਵਕ ਦੇ ਕਾਫੀ ਸੱਟ ਸੀ, ਉਹ ਡਾਕਟਰ ਸਾਹਿਬ ਨੇ ਇੱਥੋਂ ਰੈਫਰ ਕਰ ਦਿੱਤਾ ਹੈ ਜੀ। ਇਹਨਾਂ ਦੀ ਸਰ ਗੁਰਪ੍ਰੀਤ ਸਿੰਘ ਦੀ 174 CRPC ਤਹਿਤ ਕਾਰਵਾਈ ਕੀਤੀ ਗਈ ਹੈ। ਉਹਦੇ 'ਚ ਮਤਲਬ ਇਹ ਸਾਹਿਬ ਨੇ ਹਾਦਸਾ ਹੋਇਆ, ਹੋਰ ਕੋਈ ਕਿਸੇ ਨਾਲ ਬੱਜਿਆ ਨਹੀਂ ਹੈ।